ਪੰਜਾਬੀ 뮤직 ਇੰਡਸਟਰੀ ਦੇ ਤਿੰਨ ਬਾ ਕਮਾਲ ਸਿੰਗਰ ਰਣਜੀਤ ਬਾਵਾ ਨਿੰਜਾ ਅਤੇ ਜੱਸੇ ਗਿੱਲ ਇਹ ਤਿੰਨੋਂ ਸਾਨੂੰ 70 ਐਮਐਮ ਦੇ ਪਰਦੇ ਤੇ ਇਕੱਠੇ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ ਬਹੁਤ ਹੀ ਜਲਦ ਔਰ ਇਹ ਫਿਲਮ ਲੈ ਕੇ ਆ ਰਹੇ ਨੇ ਪੰਕਜ ਬਤਰਾ ਅਸੀਂ ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਟਾਈਟਲ ਹਜੇ ਰਿਵੀਲ ਨਹੀਂ ਕੀਤਾ ਗਿਆ ਪਰ ਇਹ ਫਿਲਮ 22 ਫਰਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਪੰਕਜ ਬਤਰਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਫੋਟੋ ਅਪਲੋਡ ਕਰਕੇ ਦਿੱਤੀ ਔਰ ਇਸ ਫੋਟੋ ਦੀ ਕੈਪਸ਼ਨ ਲਿਖੀ ਗਈ ਹੈ ਹਰ ਚੀਜ਼ ਨਵੀਂ ਚੰਗੀ ਹੁੰਦੀ ਹੈ ਪਰ ਯਾਰ ਹਮੇਸ਼ਾ ਪੁਰਾਣੇ ਹੀ ਚੰਗੇ ਹੁੰਦੇ ਨੇ ਸਟੋਰੀ ਅਬਾਊਟ ਫਰੈਂਡਸ਼ਿਪ ਐਂਡ ਲਵ ਰਿਲੀਜ਼ਿੰਗ ਬਾਈ ਫਰਵਰੀ ਟਾਈਟਲ ਦੀ ਅਨਾਊਂਸਮੈਂਟ ਵੈਰੀ ਸੂਨ ਸੋ ਅਸੀਂ ਕਹਿ ਸਕਦੇ ਹਾਂ ਜੱਸੇ ਗਿੱਲ ਨਿੰਜਾ ਅਤੇ ਰਣਜੀਤ ਬਾਵਾ ਦੀ ਯਾਰੀ ਦੋਸਤੀ ਸਾਨੂੰ 70 ਐਮਐਮ ਦੇ ਪਰਦੇ ਤੇ ਬਹੁਤ ਹੀ ਜਲਦ ਦੇਖਣ ਨੂੰ ਮਿਲੇਗੀ।